ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਵੱਲੋਂ ਪੰਜਵਾਂ ਸੰਮਣ ਭੇਜਿਆ ਗਿਆ। ਦੱਸਦੇ ਕਿ ਪਹਿਲਾਂ 4 ਸੰਮਣ ਭੇਜੇ ਗਏ ਸੀ, ਜਿਸ ਮੌਕੇ ਅਰਵਿੰਦ ਕੇਜਰੀਵਾਲ ਈਡੀ ਦੇ ਅੱਗੇ ਪੇਸ਼ ਨਹੀਂ ਹੋਏ, ਤਾਂ ਹੁਣ ਈਡੀ ਦੇ ਵੱਲੋਂ ਪੰਜਵਾਂ ਸੰਮਣ ਭੇਜਿਆ ਗਿਆ। ਹੁਣ 2 ਫਰਵਰੀ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਦੱਸਦੇ ਕਿ ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਪਹਿਲਾਂ 4 ਸੰਮਣ ਭੇਜੇ ਗਏ ਸੀ, ਪਰ ਹਰ ਵਾਰ ਕੇਜਰੀਵਾਲ ਈਡੀ ਦੇ ਅੱਗੇ ਪੇਸ਼ ਨਹੀਂ ਹੋਏ। ਦਿੱਲੀ ਸ਼ਰਾਬ ਕਾਂਡ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸੀਬਤਾਂ ਘੱਟ ਨਹੀਂ ਹੋ ਰਹੀਆਂ। ਈਡੀ ਦੇ ਵੱਲੋਂ ਇੱਕ ਹੋਰ ਸੰਮਣ ਭੇਜਿਆ ਗਿਆ, 2 ਫਰਵਰੀ ਨੂੰ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਇਆ ਗਿਆ ਹੈ। ਅਰਵਿੰਦ ਕੇਜਰੀਵਾਲ ਨੂੰ ਇਹ 5ਵਾਂ ਸੰਮਣ ਮਿਲਿਆ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ 4 ਸੰਮਣ ਜਾਰੀ ਕੀਤੇ ਜਾ ਚੁੱਕੇ ਨੇ, ਉਹ ਇੱਕ ਵਾਰ ਵੀ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਅਰਵਿੰਦ ਕੇਜਰੀਵਾਲ ਨੂੰ ਪਹਿਲਾ ਸੰਮਨ ਜਾਰੀ ਕਰਕੇ ਪਿਛਲੇ ਸਾਲ 2 ਨਵੰਬਰ ਅਤੇ 21 ਦਸੰਬਰ ਅਤੇ ਇਸ ਸਾਲ 3 ਜਨਵਰੀ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਇਆ ਗਿਆ ਸੀ। ਪਹਿਲੇ ਸੰਮਨ ਦੇ ਵਿੱਚ ਕੇਜਰੀਵਾਲ ਚੋਣ ਮੀਟਿੰਗ ਦੇ ਵਿੱਚ ਗਏ ਹੋਏ ਸੀ, ਦੂਜੇ ਸੰਮਨ ਦੇ ਵਿੱਚ ਉਹ ਵਿਪਾਸਨਾ ਲਈ ਗਏ ਹੋਏ ਸੀ, ਜਿਸ ਦਾ ਉਹਨਾਂ ਨੇ ਹਵਾਲਾ ਵੀ ਦਿੱਤਾ ਸੀ। ਦੱਸਦੇ ਕਿ ਇਸ ਮਾਮਲੇ ਦੇ ਵਿੱਚ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਫਿਲਹਾਲ ਜੇਲ੍ਹ ਦੇ ਵਿੱਚ ਨੇ। ਸੋ ਅਰਵਿੰਦ ਕੇਜਰੀਵਾਲ ਨੂੰ 5ਵਾਂ ਸੰਮਨ ਈਡੀ ਦੇ ਵੱਲੋਂ ਭੇਜਿਆ ਗਿਆ, ਇਸ ਸੰਮਨ ਦਾ ਕੀ ਜਵਾਬ ਦੇਣਗੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਵੱਲੋਂ 5ਵਾਂ ਸੰਮਨ ਭੇਜਿਆ ਗਿਆ। ਦੱਸਦੇ ਕਿ ਪਹਿਲਾਂ 4 ਸੰਮਨ ਭੇਜੇ ਗਏ ਸੀ, ਜਿਸ ਮੌਕੇ ਅਰਵਿੰਦ ਕੇਜਰੀਵਾਲ ਈਡੀ ਦੇ ਅੱਗੇ ਪੇਸ਼ ਨਹੀਂ ਹੋਏ, ਤਾਂ ਹੁਣ ਈਡੀ ਦੇ ਵੱਲੋਂ 5ਵਾਂ ਸੰਮਨ ਭੇਜਿਆ ਗਿਆ। ਹੁਣ 2 ਫਰਵਰੀ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਦੱਸਦੇ ਕਿ ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਪਹਿਲਾਂ 4 ਸੰਮਣ ਭੇਜੇ ਗਏ ਸੀ, ਪਰ ਹਰ ਵਾਰ ਕੇਜਰੀਵਾਲ ਈਡੀ ਦੇ ਅੱਗੇ ਪੇਸ਼ ਨਹੀਂ ਹੋਏ। ਦਿੱਲੀ ਸ਼ਰਾਬ ਕਾਂਡ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸੀਬਤਾਂ ਘੱਟ ਨਹੀਂ ਹੋ ਰਹੀਆਂ। ਈਡੀ ਦੇ ਵੱਲੋਂ ਇੱਕ ਹੋਰ ਸੰਮਨ ਭੇਜਿਆ ਗਿਆ, 2 ਫਰਵਰੀ ਨੂੰ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਇਆ ਗਿਆ ਹੈ। ਅਰਵਿੰਦ ਕੇਜਰੀਵਾਲ ਨੂੰ ਇਹ 5ਵਾਂ ਸੰਮਣ ਮਿਲਿਆ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ 4 ਸੰਮਨ ਜਾਰੀ ਕੀਤੇ ਜਾ ਚੁੱਕੇ ਨੇ, ਉਹ ਇੱਕ ਵਾਰ ਵੀ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਅਰਵਿੰਦ ਕੇਜਰੀਵਾਲ ਨੂੰ ਪਹਿਲਾ ਸੰਮਨ ਜਾਰੀ ਕਰਕੇ ਪਿਛਲੇ ਸਾਲ 2 ਨਵੰਬਰ ਅਤੇ 21 ਦਸੰਬਰ ਅਤੇ ਇਸ ਸਾਲ 3 ਜਨਵਰੀ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਇਆ ਗਿਆ ਸੀ। ਪਹਿਲੇ ਸੰਮਨ ਦੇ ਵਿੱਚ ਕੇਜਰੀਵਾਲ ਚੋਣ ਮੀਟਿੰਗ ਦੇ ਵਿੱਚ ਗਏ ਹੋਏ ਸੀ, ਦੂਜੇ ਸੰਮਨ ਦੇ ਵਿੱਚ ਉਹ ਵਿਪਾਸਨਾ ਲਈ ਗਏ ਹੋਏ ਸੀ, ਜਿਸ ਦਾ ਉਹਨਾਂ ਨੇ ਹਵਾਲਾ ਵੀ ਦਿੱਤਾ ਸੀ। ਦੱਸਦੇ ਕਿ ਇਸ ਮਾਮਲੇ ਦੇ ਵਿੱਚ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਫਿਲਹਾਲ ਜੇਲ੍ਹ ਦੇ ਵਿੱਚ ਨੇ। ਸੋ ਅਰਵਿੰਦ ਕੇਜਰੀਵਾਲ ਨੂੰ 5ਵਾਂ ਸੰਮਨ ਈਡੀ ਦੇ ਵੱਲੋਂ ਭੇਜਿਆ ਗਿਆ, ਇਸ ਸੰਮਨ ਦਾ ਕੀ ਜਵਾਬ ਦੇਣਗੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇਗਾ।